ਪਹਾੜੀ ਸਫ਼ਰ ਤੇ ਜਾਣ ਵੇਲੇ ਅਕਸਰ ਹੀ ਲੋਕ ਬਹੁਤ ਜ਼ਿਆਦਾ ਐਕਸਾਈਟਿਡ ਹੁੰਦੇ ਨੇ ਅਤੇ ਰੀਲਾਂ ਬਣਾਉਣ ਦਾ ਦੌਰ ਜਿਸ ਤਰੀਕੇ ਦੇ ਨਾਲ ਚੱਲ ਰਿਹਾ ਹੈ ਉਸਨੂੰ ਵੇਖ ਕੇ ਅੱਜ ਕੱਲ੍ਹ ਹਰ ਕੋਈ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਤੇ ਰੀਲ ਬਣਾਉਣ ਦੇ ਲਈ ਵੀਡੀਓ ਅਪਲੋਡ ਕਰਨ ਦੀ ਸੋਚਦਾ ਹੈ ਪਰ ਕਈ ਵਾਰ ਇੰਨੀ ਕੁਤਾਹੀ ਵਰਤ ਜਾਂਦੇ ਨੇ ਆਪਣੀ ਜਾਨ ਨੂੰ ਲੈ ਕੇ ਜੋਖਮ ਦੇ ਵਿੱਚ ਪਾ ਕੇ ਹੈ ਜਿਹੜੀਆਂ ਕੁਝ ਵੀਡੀਓਜ਼ ਬਣਾਈਆਂ ਜਾਂਦੀਆਂ ਨੇ ਜਿਹਦੀਆਂ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓਜ਼ ਵਾਇਰਲ ਹੁੰਦੀਆਂ ਨੇ ਸੋ ਇੱਕ ਵੀਡੀਓ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਤੇ ਇੱਕ ਫੇਸਬੁੱਕ ਯੂਜ਼ਰ ਦੇ ਵੱਲੋਂ ਪਾਈ ਗਈ ਹੈ ਇਹ ਵੀਡੀਓ ਮਸ਼ੋਬਰਾ ਢਲੀ ਰੋਡ ਦੀ ਦੱਸੀ ਜਾ ਰਹੀ ਹੈ ਤੇ ਇੱਕ ਲੜਕੀ ਹੈ ਕਾਰ ਦੇ ਵਿੱਚੋਂ ਨਿਕਲ ਕੇ ਆਪਣੀ ਵੀਡੀਓ ਬਣਵਾ ਰਹੀ ਸੀ ਪਿੱਛੇ ਬੈਠੇ ਕਿਸੇ ਵਿਅਕਤੀ ਦੇ ਕੋਲੋਂ ਸੋ ਵੀਡੀਓ ਬਣਾਉਂਦੇ ਹੋਏ ਇੱਕ ਅੱਗੇ ਹੈ ਜਿਹੜਾ ਟਰੱਕ ਵੀ ਚੱਲ ਰਿਹਾ ਹੈ ਅਤੇ ਕਿਸ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡਾ ਰਿਸਕ ਹੈ ਜਿਹੜਾ ਉਸ ਲੜਕੀ ਵੱਲੋਂ ਲੈ ਕੇ ਵੀਡੀਓ ਬਣਾਈ ਜਾ ਰਹੀ ਸੀ ਜਦਕਿ ਰਸਤੇ ਬਹੁਤ ਹੀ ਜ਼ਿਆਦਾ ਮੋੜ ਘੇੜ ਵਾਲੇ ਸਨ ਅਤੇ ਮੌਸਮ ਵੀ ਜ਼ਿਆਦਾ ਸਹੀ ਨਹੀਂ ਸੀ ਲੱਗ ਰਿਹਾ ਅਜਿਹੇ ਵਿੱਚ ਕੋਈ ਵੀ ਹਾਦਸਾ ਵਾਪਰ ਸਕਦਾ ਸੀ ਸੋ ਇਸ ਵੀਡੀਓ ਨੂੰ ਦੇਖੋ ਸੋ ਇਸ ਦੇ ਨਾਲ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਪਹਾੜੀ ਯਾਤਰਾ ਤੇ ਜਾਂਦੇ ਹੋ ਤਾਂ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਅਜਿਹੀਆਂ ਵੀਡੀਓਜ਼ ਨਾ ਬਣਾਓ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਆਰਾਮ ਨਾਲ ਇੱਕ ਸੇਫ ਜਗ੍ਹਾ ਦੇਖ ਕੇ ਤੁਸੀਂ ਉੱਥੇ ਮਸਤੀ ਕਰ ਸਕਦੇ ਹੋ ਵੀਡੀਓਜ਼ ਬਣਾ ਸਕਦੇ ਹੋ ਪਰ ਚੱਲਦੀ ਗੱਡੀ ਦੇ ਵਿੱਚ ਖਾਸ ਕਰ ਇੰਨੇ ਮੋੜ ਘੇੜ ਵਾਲਿਆਂ ਦੇ ਵਿੱਚ ਜਦੋਂ ਅੱਗੇ ਟਰੱਕ ਆਟੋ ਵਗੈਰਾ ਵਾਹਨ ਹੈ ਜਿਹੜੇ ਚੱਲ ਰਹੇ ਹੋਣ ਤਾਂ ਜ਼ਰਾ ਧਿਆਨ ਨਾਲ